ਪਰਮੇਸ਼ਰ ਤੁਹਾਨੂੰ ਇੱਕ ਅੱਛੀ ਕੰਟਰੀ 'ਚ ਲੈ ਕੇ ਜਾਣ ਵਾਲਾ ਵਾ। ਰੋਣ ਕਿਉਂ ਰਿਹਾ? ਹਾਂ ਕਿਉਂ ਰੋ ਰਿਹਾ? ਹਾਂ ਕਰੋ ਗਰੀਬ ਆ ਤੂੰ। ਹਾਲੇ ਲੋਈ ਆ, ਤੇ ਮੈਂ ਵਾਅਦਾ ਕਰਦਾ ਵਾਂ ਇੰਨੇ ਲੋਕਾਂ ਦੇ ਨਾਲ, ਇੰਨੇ ਲੋਕਾਂ ਦੇ ਵਿੱਚ ਤੇਰੇ ਨਾਲ ਆਪਣਾ ਬੋਰੀ ਬਿਸਤਰਾ ਪੈਕ ਕਰ ਲਾ, ਜਿੱਥੇ ਇੰਟਰਵਿਊ ਦੇਣ ਨੂੰ ਦਿਲ ਕਰਦਾ ਦੇ ਦੇ। ਰਮਾਨੀਆ ਜਾਣਾ, ਬਰਫ਼ ਪੈਂਦੀ ਉੱਥੇ, ਇਹ ਵੀ ਉੱਥੇ ਹੋਏਗਾ ਫਿਰ। ਆਮੀਨ, ਭੇਜੋ ਇਹਨੂੰ ਵੀ ਉੱਥੇ। ਹਾਲੇ ਲੋਈ ਆ, ਪ੍ਰਭੂ ਦਾ ਆਤਮਾ ਤੈਨੂੰ ਆਸ਼ਿਸ਼ ਦੇ ਰਿਹਾ। ਆਮੀਨ। ਜਿਸ ਆਤਮਾ ਦੀ ਮੈਂ ਗੱਲ ਕਰ ਰਿਹਾ, ਜਿਸ ਅਨੋਇੰਟਿੰਗ ਦੀ ਮੈਂ ਗੱਲ ਕਰ ਰਿਹਾ, ਉਹ ਪੂਰੇ ਪੰਡਾਲ ਉੱਤੇ ਛਾ ਗਈ ਹੈ ਯਿਸੂ ਦੇ ਨਾਮ ਦੇ ਵਿੱਚ। ਆਮੀਨ। ਔਰ ਉਹਦੇ ਵਿੱਚੋਂ ਤੇਰੇ ਉੱਤੇ ਮੈਂ ਖੁੱਲਦੀ ਦੇਖ ਰਿਹਾ ਇੱਕ ਅਨੋਇੰਟਿੰਗ ਨੂੰ। ਆਮੀਨ। ਔਰ ਪ੍ਰਭੂ ਦਾ ਆਤਮਾ ਮੈਨੂੰ ਦੱਸ ਰਿਹਾ ਹੈ, ਕੈਮਰਾ ਜ਼ੂਮ ਕਰੋ ਉਹਦੇ 'ਤੇ। ਪ੍ਰਭੂ ਦਾ ਆਤਮਾ ਮੈਨੂੰ ਦੱਸ ਰਿਹਾ ਹੈ, ਆਪਣੇ ਲਗੇਜ ਪੈਕ ਕਰ ਲਾ। ਆਮੀਨ। ਆਪਣੇ ਲਗੇਜ ਪੈਕ ਕਰਕੇ ਰੱਖੀ। ਆਮੀਨ। ਜੇ ਬੈਗ ਹੈਗਾ ਠੀਕ ਹੈ, ਨਹੀਂ ਤਾਂ ਜਾ ਕੇ ਮੁੱਲ ਲੈ ਲਾ, ਉਹ 'ਚ ਕੱਪੜੇ ਪਾਉਣੇ ਸ਼ੁਰੂ ਕਰ ਦੇ। ਆਮੀਨ। ਥੋੜ੍ਹੇ ਠੰਡੇ ਹੋਣਗੇ, ਥੋੜ੍ਹੇ ਗਰਮ ਹੋਣਗੇ, ਔਰ ਤੂੰ ਪ੍ਰਭੂ ਦਾ ਆਤਮਾ ਤੈਨੂੰ ਫੌਰਨ ਲੈ ਕੇ ਜਾ ਰਿਹਾ ਵਾ। ਆਮੀਨ। ਔਰ ਮੈਂ ਦੇਖ ਰਿਹਾ ਇੱਕ ਜਹਾਜ਼ ਦੇਖ ਰਿਹਾ ਜਿਹਦੇ ਵਿੱਚ ਤੂੰ ਬੈਠਾ ਹੋਇਆ ਵਾ। ਕਿਆ ਤੂੰ ਚਾਹੁੰਦਾ ਕਿ ਮੈਂ ਤੇਰੇ ਲਈ ਭਵਿੱਖਬਾਣੀ ਕਰਾਂ? ਹਾਂਜੀ। ਕਿੱਥੇ ਜਾਣਾ ਚਾਹੁੰਦਾ? ਮੈਂ ਤਾਂ ਕਵੈਤ ਦਾ ਸੋਚਿਆ। ਹਾਂ ਕਵੈਤ, ਬਸ ਯਾਰ ਨਹੀਂ ਕਵੈਤ ਨਹੀਂ, ਕੁਝ ਠੰਡਾ ਕੁਝ ਗਰਮ, ਕੁਝ ਠੰਡਾ ਕੁਝ ਗਰਮ। ਪਰਮੇਸ਼ਰ ਤੁਹਾਨੂੰ ਇੱਕ ਅੱਛੀ ਕੰਟਰੀ 'ਚ ਲੈ ਕੇ ਜਾਣ ਵਾਲਾ ਵਾ। ਰੋਣ ਕਿਉਂ ਰਿਹਾ? ਹਾਂ ਕਿਉਂ ਰੋ ਰਿਹਾ? ਹਾਂ ਕਿਉਂ ਰੋ ਰਿਹਾ? ਹਾਂ ਕਰੋ ਗਰੀਬ ਆ ਤੂੰ। ਉਹ ਲੈ ਤੂੰ ਅਮੀਰ ਬੰਦੇ ਦੇ ਨਾਲ ਖੜਾ। ਤਾਰੀਫ ਕਰੋ ਇਸ ਬੱਚੇ ਵਾਸਤੇ ਜ਼ੋਰ ਦੇ ਨਾਲ। ਹਾਲੇ ਲੂਈ ਆ, ਕਰੋ ਗਰੀਬ ਆ ਤੂੰ। ਖੁਦਾ ਦਾ ਆਤਮਾ ਤੈਨੂੰ ਬਾਹਰ ਲੈ ਕੇ ਜਾ ਰਿਹਾ ਵਾ, ਔਰ ਇਹੋ ਜਿਹੀ ਕੰਟਰੀ 'ਚ ਲੈ ਕੇ ਜਾ ਰਿਹਾ ਜਿੱਥੇ ਬਰਫ਼ ਪੈਂਦੀ ਹੋਏਗੀ। ਮੈਨੂੰ ਨਹੀਂ ਪਤਾ ਉਹ ਕੈਂਟੀ ਕਿਹੜੀ ਆ, ਲੇਕਿਨ ਮੈਂ ਸਨੋਫਾਲ ਹੁੰਦੀ ਵੇਖ ਰਿਹਾ ਵਾਂ। ਇੰਨੇ ਲੋਕਾਂ 'ਚ ਐਲਾਨ ਆ ਮੇਰਾ ਤੇਰੇ ਨਾਲ, ਤੂੰ ਬਾਹਰ ਜਾਣਾ ਚਾਹੁੰਦਾ। ਐਲਾਨ ਕਰਦਾ ਹੈ ਨਬੀ, ਭਾਵੇਂ ਮਨਿਸਟਰੀ ਕਿਉਂ ਨਾ ਖਰਚਾ ਦੇਗੀ ਇਹਦਾ, ਇਹ ਬਾਹਰ ਹੋਏਗਾ ਯਿਸੂ ਦੇ ਨਾਮ ਦੇ ਵਿੱਚ। ਭਾਵੇਂ ਚਰਚ ਦੇ ਕਿਉਂ ਨਾ ਪੈਸੇ ਲੱਗਣਗੇ, ਪਰ ਇਹ ਬਾਹਰ ਹੋਏਗਾ। ਜੋ ਮੈਨੂੰ ਖੁਦਾ ਦਿਖਾ ਰਿਹਾ ਨਾ, ਉਹ ਇਹਦੇ ਨਾਲ ਹਕੀਕਤ ਹੋਵੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇ ਲੂਈ ਆ। ਭਾਵੇਂ ਉਹ ਕੋਈ ਵੀ ਕੰਟਰੀ ਹੈ, ਕੋਈ ਵੀ ਕੰਟਰੀ, ਕੋਈ ਇੱਕ ਚੁਣ ਲਾ ਕੰਟਰੀ, ਜਾਂ ਮੈਂ ਤੇਰੇ ਨਾਲ ਵਾਅਦਾ ਕਰਦਾ, ਜੇ 3 ਲੱਖ 4 ਲੱਖ 5 ਲੱਖ ਵੀ ਪਾਉਣ ਦੀ ਲੋੜ ਪਏਗੀ ਤਾਂ ਮੈਂ ਪਾ ਦੂੰਗਾ। ਆਮੀਨ। ਇਹ ਤੇਰੇ ਨਾਲ ਵਾਅਦਾ, ਮੈਂ ਇਹ ਗੱਲ ਲਾਲਚ ਨਹੀਂ ਦੇ ਰਿਹਾ, ਪਰ ਮੈਂ ਇਹ ਮੈਨੂੰ ਇੰਨਾ ਮਾਣ ਹੈ ਕਿ ਕਿਸੇ ਗਰੀਬ ਨੂੰ ਗਰੀਬ ਰਹਿਣ। ਹਾਲੇ ਲੂਈ ਆ। ਤਾਂ ਮੈਂ ਵਾਅਦਾ ਕਰਦਾ ਵਾਂ ਇੰਨੇ ਲੋਕਾਂ ਦੇ ਨਾਲ, ਇੰਨੇ ਲੋਕਾਂ ਦੇ ਵਿੱਚ ਤੇਰੇ ਨਾਲ ਆਪਣਾ ਬੋਰੀ ਬਿਸਤਰਾ ਪੈਕ ਕਰ ਲਾ, ਜਿੱਥੇ ਇੰਟਰਵਿਊ ਦੇਣ ਨੂੰ ਦਿਲ ਕਰਦਾ ਦੇ ਦੇ। ਕੌਣ ਆਇਆ ਤੇਰੇ ਨਾਲ ਇੱਥੇ? ਕੌਣ ਆ? ਮਾਮੀ ਜੀ ਆਏ। ਕਿਹੜੀ ਮਾਮੀ ਆ? ਮਾਮੀ ਜੀ ਪਲੀਜ਼ ਸਟੈਂਡ ਅਪ, ਆ ਜਾਓ ਆ ਜਾਓ ਜੀ। ਓਕੇ, ਤੂੰ ਕਵੈਤ ਸੋਚਿਆ?
ਕਵੈਤ ਜਾਣ ਜੋਗੇ ਪੈ ਹੈਗਾ? ਹਾਂਜੀ। ਓਕੇ ਠੀਕ ਹੈ, ਤੁਸੀਂ ਕੀ ਸੋਚਦੇ ਇਹਦੇ ਬਾਰੇ? ਚੰਗੀ ਕੰਟਰੀ ਹੈ ਨਾ। ਚਲੋ ਮੇਰੀ ਤੁਹਾਡੇ ਨਾਲ ਡੀਲ ਹੋ ਗਈ ਇੰਨੇ ਲੋਕਾਂ ਦੇ ਵਿੱਚ, ਜੇ ਇਹਦਾ 4 ਲੱਖ ਲੱਗੂਗਾ ਵਿੱਚੋਂ ਪੈਸੇ ਮੇਰੇ ਹੋਣਗੇ, ਅੱਧੇ ਮੇਰੇ ਹੋਣਗੇ। ਜੇ 3 ਲੱਗੂਗਾ ਫਿਰ ਵੀ ਅੱਧੇ ਮੇਰੇ ਹੋਣਗੇ, ਜੇ 2 ਲੱਗੂਗਾ ਤਾਂ ਵੀ ਅੱਧੇ ਮੇਰੇ ਹੋਣਗੇ, ਅਤੇ ਜੇ 8 ਲੱਗੂਗਾ ਤਾਂ ਵੀ ਅੱਧੇ ਮੇਰੇ ਹੋਣਗੇ। ਜਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਵਾਂ, ਮੇਰੇ ਅਕਾਊਂਟ 'ਚ ਇਸ ਟਾਈਮ ਕੱਲ੍ਹ, ਸਿਰਫ ਕੱਲ੍ਹ ਦੇ ਕੋਈ ਆਪਾਂ ਚਰਚ ਦਾ ਕੰਮ ਲਾਉਣਾ ਵਾਂ, ਜੇ ਮਹੀਨੇ ਤੇਰਾ ਕੰਮ ਬਣ ਗਿਆ ਮੈਂ ਚਰਚ ਦਾ ਕੰਮ ਰੋਕ ਦੂੰਗਾ, ਤੈਨੂੰ ਭੇਜ ਦੂੰਗਾ ਬਾਹਰ। ਆਮੀਨ। ਜਾਂ ਮੈਂ ਇੰਨਾ ਕਰ ਸਕਦਾ ਤੇਰੇ ਲਈ, ਹਾਲੇਲੂਇਆ, ਪਰ ਮੈਨੂੰ ਇੰਨਾ ਪਤਾ ਵਾ ਖੁਦਾ ਮੇਰੇ ਕੋਲ ਨਹੀਂ, ਖੁਦਾ ਤੇਰਾ ਵੀ ਇੰਤਜ਼ਾਮ ਆਪੇ ਕਰੂਗਾ ਯਸੂ ਦੇ ਨਾਮ ਦੇ ਵਿੱਚ, ਹਾਲੇਲੂਇਆ। ਔਰ ਇੱਕ ਅੱਛੀ ਕੰਟਰੀ 'ਚ ਤੂੰ ਹੋਏਗਾ, ਇਹ ਮੇਰੀ ਭਵਿੱਖਬਾਣੀ ਹੈ ਯਸੂ ਦੇ ਨਾਮ ਦੇ ਵਿੱਚ। ਆਮੀਨ, ਹਾਲੇਲੂਇਆ। ਕਿੰਨੇ ਜਣੇ ਖੁਸ਼ ਨੇ? ਇਹ ਚਰਚ ਖਾਣ ਵਾਲੀ ਨਹੀਂ ਆ, ਨਾ ਹੀ ਇਹ ਲਾਲਚੀ ਚਰਚ ਆ, ਇਹ ਚਰਚ ਦੇਣ ਵਾਲੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ, ਹਾਲੇਲੂਇਆ। ਮੈਂ ਅੱਗੇ ਕਹਿੰਦਾ ਹੁੰਦਾ ਕਈ ਵਾਰੀ, ਇਹ ਪੈਸੇ ਨਾਲ ਚਰਚ ਨਹੀਂ ਚੱਲਣ ਦੀ, ਇਹ ਅਭਿਸ਼ੇਕ ਨਾਲ ਚੱਲਣ ਦੀ ਹੈ ਯਿਸੂ ਦੇ ਨਾਮ 'ਚ। ਤਾਂ ਅਭਿਸ਼ੇਕ ਇਸ ਨਬੀ ਉੱਤੇ ਆ, ਤਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਵਾਂ, ਜਿੱਥੇ ਤੁਹਾਡੇ ਹਸਬੈਂਡ ਕਿਹੜੀ ਕੰਟਰੀ 'ਚ ਆ? ਰਮਾਨੀਆ ਜਾਣਾ। ਬਰਫ਼ ਪੈਂਦੀ ਉੱਥੇ? ਹਾਂਜੀ, ਠੰਡਾ। ਇਹ ਵੀ ਉੱਥੇ ਹੋਏਗਾ ਫਿਰ। ਆਮੀਨ। ਭੇਜੋ ਇਹਨੂੰ ਵੀ ਉੱਥੇ। ਆਮੀਨ, ਹਾਲੇਲੂਇਆ, ਹਾਲੇਲੂਇਆ। ਔਰ ਜਿੰਨਾ ਖਰਚਾ ਆਏਗਾ ਨਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵਾਂ, ਇਹ ਮਨਿਸਟਰੀ ਕਰੇਗੀ ਯਿਸੂ ਦੇ ਨਾਮ 'ਚ। ਆਮੀਨ। ਜੋ ਮੈਂ ਤੁਹਾਡੇ ਨਾਲ ਵਾਅਦਾ ਕਰਤਾ ਇਹਨੇ ਲੋਕਾਂ ਦੇ ਨਾਲ, ਕਿ ਬੱਚਾ ਕਦੀ ਵੀ ਅਨਾਥ ਨਹੀਂ ਕਹੇਗਾ ਕੋਈ ਆਪਣੇ ਆਪ ਨੂੰ, ਕਿ ਮੈਂ ਬੇਸਹਾਰਾ ਵਾਂ, ਕਿਉਂਕਿ ਜਿੱਦੀ ਅਸੀਂ ਸੇਵਾ ਕਰਨ ਡਿਆ ਬੇਸਹਾਰਿਆਂ ਦਾ ਸਹਾਰਾ ਵਾ। ਆਮੀਨ। ਮੈਂ ਇਹਦਾ ਇੰਤਜ਼ਾਮ ਕਰ ਦੇਣਾ, ਮੇਰਾ ਪਤਾ ਨਹੀਂ ਕਿੰਨੇ ਕਰ ਦੇਣਾ ਵਾ, ਹਾਲੇਲੂਇਆ। ਮੈਨੂੰ ਅਜੇ ਥੋੜ੍ਹਾ ਟਾਈਮ ਹੋਇਆ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਗੱਡੀ ਛੱਡੀ ਆ ਪ੍ਰਭੂ ਦੇ ਕਰਕੇ, ਮੈਨੂੰ ਇੱਕ ਫੋਨ ਆਉਂਦਾ, ਪਾਸਟਰ ਜੀ ਕਿਹੜੀ ਗੱਡੀ ਲੈਣੀ ਪਸੰਦ ਕਰੋਗੇ? ਤਾਂ ਮੈਂ ਕਿਹਾ ਮੈਂ ਆਪਾਂ ਫੋਰਚੂਨਰ ਛੱਡੀ ਆ, ਉਸ ਤੋਂ ਵੱਡੀ ਕੋਈ ਹੈਗੀ ਤਾਂ ਉਹ ਲੈ ਦੇ, ਨਹੀਂ ਤਾਂ ਫੋਰਚੂਨਰ ਲੈ ਦੇ, ਹਾਲੇਲੂਇਆ। ਮੈਂ ਪ੍ਰਭੂ ਲਈ ਗੱਡੀ ਛੱਡੀ ਸੀ, ਪ੍ਰਭੂ ਦੇ ਕੰਮਾਂ ਲਈ ਆਪਣਾ ਆਪਣੇ ਸ਼ੌਂਕ ਤਿਆਗ 'ਤੇ, ਮੈਨੂੰ ਇੱਕ ਫੋਨ ਆਉਂਦਾ ਵਾ, ਪਾਸਟਰ ਜੀ ਅਸੀਂ ਗੱਡੀ ਤੁਹਾਨੂੰ ਅਸੀਂ ਲੈ ਕੇ ਦੇਵਾਂਗੇ। ਓ ਮਦਦ ਜਿੰਨਾ ਲਈ ਕਾਲੀ ਦਾ ਯਹੋਵਾ, ਮਦਦ ਜਿੰਨਾ ਲਈ ਕਾਲੀ ਦਾ ਯਹੋਵਾ, ਜੰਗ ਕਦੇ ਨਹੀਂ ਉਹ ਹਾਰੀਦੇ, ਜੰਗ ਕਦੇ ਨਹੀਂ ਉਹ ਹਾਰੀਦੇ, ਜੰਗ ਕਦੇ ਨਹੀਂ ਉਹ ਹਾਰੀਦੇ, ਜੰਗ ਕਦੇ ਨਹੀਂ ਉਹ ਹਾਲੇਲੂਇਆ। ਆਮੀਨ। ਕਿੰਨੇ ਖੁਸ਼ ਨੇ? ਮੈਂ ਇਸ ਬੱਚੇ ਨਾਲ ਸਿਰਫ ਵਾਅਦਾ ਹੀ ਨਹੀਂ ਕੀਤਾ, ਉਹਨੂੰ ਪੂਰਾ ਵੀ ਕਰਾਂਗੇ, ਹਾਲੇਲੂਇਆ। परमेश्वर के दास के द्वारा वचनों को सुनने के लिए और मसीह भजनों को सुनने और अपने आत्मिक जीवन में उन्नति करने के लिए हमारे यूट्यूब चैनल को सब्सक्राइब करें और बेल आइकन को दबा दें, ताकि चर्च की सारी अपडेशंस सबसे पहले आप तक पहुंच सके।